ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ, ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸ਼ੈਟਿਕਾ ਪੇਨ ਬਾਰੇ। ਮੋਸਟਲੀ ਆਪਣੇ ਜੋ ਲੰਬਰ ਲੈਵਲ ਹੈ, ਆਪਣੀ ਲੋਅਰ ਬੈਕ ਹਿੱਪ ਤੋਂ ਉੱਪਰ ਆਪਣੀ ਜੋ ਲੋਅਰ ਬੈਕ ਹੈ, ਉੱਥੋਂ ਇੱਕ ਨਸ ਨਿਕਲਦੀ ਆ ਜਿਹੜੀ ਹਿੱਪ ਤੋਂ ਹੁੰਦੀ ਹੋਈ ਗੋਡਿਆਂ ਵਿੱਚ ਦੀ ਹੁੰਦੀ ਹੋਈ ਪੈਰਾਂ ਵਿੱਚ ਜਾਂਦੀ ਹੈ। ਉਹ ਨਸ ਆਪਣੇ ਜੋ ਕੰਮ ਕਰਦੇ ਹੈ ਉਸਦੇ ਦੌਰਾਨ ਕੰਮ ਕਰਨ ਦਾ ਤਰੀਕਾ ਗਲਤ ਹੋ ਜਾਵੇ, ਜਾਂ ਆਪਣੀ ਜੋ ਲੰਬਰ ਲੈਵਲ ਹੈ, ਜਿਵੇਂ ਐਕਸਰੇ ਕਰਾਉਂਦੇ ਹਾਂ ਉਹਦੇ ਵਿੱਚ ਲਿਖਿਆ ਆਉਂਦਾ ਲੰਬਰ ਕਰਵ ਸਟ੍ਰੇਟ, ਜੋ ਆਪਣੀ ਲੰਬਰ ਲੈਵਲ ਹੈ ਇਹ ਵਾਲੀ ਸਿੱਧੀ ਹੋ ਜਾਵੇ, ਤਾਂ ਉਸਦੇ ਵਿੱਚ ਉਹ ਜਿਹੜੀ ਸ਼ੈਟਿਕਾ ਨਰਵ ਕੰਪਰੈਸ ਹੋ ਜਾਂਦੀ ਹੈ, ਉਸ ਦੌਰਾਨ ਆਪਣੇ ਦਰਦ ਸ਼ੁਰੂ ਹੋ ਜਾਂਦਾ ਹੈ, ਸੁੰਨਾਪਣ ਰਹਿੰਦਾ ਹੈ, ਔਰ ਜਿਵੇਂ ਕਹਿ ਦਈਏ ਵੀ ਟਿੰਗਲਿੰਗ ਸੈਂਸੇਸ਼ਨ ਰਹਿੰਦੀ ਹੈ, ਜਿਵੇਂ ਕੀੜੀਆਂ ਚੱਲਦੀ ਹੋਣ। ਉਸ ਦੇ ਵਿੱਚ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ? ਮੋਸਟਲੀ ਜਿਹੜੇ ਬੈਂਕ ਦੇ ਵਿੱਚ ਕੰਮ ਕਰਦੇ ਨੇ, ਜਾਂ ਸਿਟਿੰਗ ਜੋਬ ਕਰਦੇ ਨੇ, ਜਾਂ ਸਟੈਂਡਿੰਗ ਜੋਬ ਕਰਦੇ ਨੇ, ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਹੈ ਆਮ ਪਾਈ ਜਾਂਦੀ ਹੈ। ਸੋ ਇਸ ਬਿਮਾਰੀ ਤੋਂ, ਸ਼ੈਟਿਕਾ ਨਰਵ ਜੋ ਸ਼ੈਟਿਕਾ ਪੇਨ ਹੈ, ਇਸ ਤੋਂ ਬਚਣ ਲਈ ਸਿਰਫ 5 ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ। ਇਹ ਕਸਰਤਾਂ ਤੁਸੀਂ ਕਰਨ ਤੋਂ ਪਹਿਲਾਂ ਸੇਕ ਦੇਣਾ ਹੈ ਗਰਮ ਪਾਣੀ ਵਾਲੀ ਬੋਟਲ ਨਾਲ, ਜੋ ਕਿ ਮੋਇਸਟ ਹੀਟ ਹੁੰਦੀ ਹੈ, ਆਪਾਂ ਡਰਾਈ ਹੀਟ ਨਹੀਂ ਦੇਣੀ। ਉਹ ਸੇਕ ਤੁਹਾਡੇ ਕੀ ਕਰਦੀ ਹੈ, ਮਸਲ ਰਿਲੈਕਸ ਕਰ ਦਿੰਦੀ ਹੈ। ਸੋ ਉਹ ਮਸਲ ਰਿਲੈਕਸ ਹੋ ਜਾਣਗੇ, ਉਸ ਤੋਂ ਬਾਅਦ ਹੀ ਤੁਸੀਂ ਇਹ ਕਸਰਤ ਕਰਨੀ ਹੈ। ਮੋਸਟਲੀ ਇਹ ਪ੍ਰੋਬਲਮ ਹੈ ਜੋ ਯੰਗਸਟਰ 'ਚ ਵੀ ਪਾਈ ਜਾਂਦੀ ਹੈ, ਕਿਉਂਕਿ ਆਪਾਂ ਜਦੋਂ ਯੰਗ ਹੁੰਦੇ ਹਾਂ ਆਪਾਂ ਕੰਮ ਬਹੁਤ ਜ਼ਿਆਦਾ ਕਰਦੇ ਹਾਂ, ਖੜ ਕੇ ਕਰਦੇ ਹਾਂ ਜਾਂ ਬੈਠ ਕੇ ਕਰਦੇ ਹਾਂ। ਸੋ ਇਹ ਕਸਰਤਾਂ ਤੁਸੀਂ ਧਿਆਨ ਨਾਲ ਕਰਨੀਆਂ ਨੇ, ਸਵੇਰੇ ਸ਼ਾਮ ਕਰਨੀਆਂ ਨੇ, ਔਰ ਜਿਵੇਂ ਆਪਾਂ ਕਹਾਂਗੇ ਉਵੇਂ ਹੀ ਕਰਨੀਆਂ ਨੇ। ਜੇ ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਂ। ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਹਾਂ, ਜਿੱਥੇ ਕਿ ਅਸੀਂ ਰੋਜ਼ਾਨਾ ਬੜੀ ਮਿਹਨਤ ਨਾਲ ਪੇਸ਼ੈਂਟ ਦੇਖਦੇ ਹਾਂ। ਅਗਰ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ, ਉੱਥੇ ਸਾਡੀ ਆਈਡੀ ਹੈ ਐਸ ਹਰੀ ਸਿੰਘ ਸਰਾਂ ਫਿਜ਼ੀਓਥੈਰੇਪੀ, ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ, ਔਰ ਫੇਸਬੁੱਕ ਤੇ ਸਾਡੀ ਆਈਡੀ ਹੈ ਐਸ ਹਰੀ ਸਿੰਘ ਸਰਾਂ ਫਿਜ਼ੀਓਥੈਰੇਪੀ ਕਲੀਨਿਕ। ਸੋ ਆਓ ਸਟਾਰਟ ਕਰਦੇ ਹਾਂ ਸ਼ੈਟਿਕਾ ਪੇਨ ਲਈ ਸਿਰਫ 5 ਕਸਰਤਾਂ ਦੀ ਸਪੈਸ਼ਲੀ ਤੁਹਾਡੇ ਲਈ ਬਣਾਈ ਗਈ ਵੀਡੀਓ। ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲਈ ਓਇਲ। ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ, ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ। ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਊਂਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਤੇ ਪੇਸ਼ੈਂਟ ਤੇ ਵਰਤ ਰਹੇ ਹਾਂ, ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਸਾਰੀਆਂ ਕਸਰਤਾਂ ਕਰਨ ਤੋਂ ਪਹਿਲਾਂ ਤੁਸੀਂ 15 ਤੋਂ 20 ਮਿੰਟ ਗਰਮ ਪਾਣੀ ਵਾਲੀ ਬੋਟਲ ਦੇ ਵਿੱਚ ਗਰਮ ਪਾਣੀ ਪਾ ਕੇ ਸੇਕ ਦੇ ਲੈਣਾ ਹੈ। 15 ਤੋਂ 20 ਮਿੰਟ ਇੱਦਾਂ ਸਿੱਧੇ ਲੇਟ ਕੇ ਵੀ ਦੇ ਸਕਦੇ ਹਾਂ ਔਰ ਪੁੱਠੇ ਲੇਟ ਕੇ ਵੀ ਦੇ ਸਕਦੇ ਹਾਂ। ਦੈਨ ਉਸ ਤੋਂ ਬਾਅਦ ਨੰਬਰ 1 ਐਕਸਰਸਾਈਜ਼ ਕੀ ਹੈ, ਨੀ ਹਗਸ। ਆਪਾਂ ਦੋਨੇ ਗੋਡੇ ਇੱਦਾਂ ਮੋੜ ਲੈਣੇ ਆ ਅੱਡੀ ਘੜੀਸ ਕੇ ਔਰ ਇਹਨਾਂ ਨੂੰ ਛਾਤੀ ਦੇ ਨਾਲ ਲਾ ਦੇਣਾ ਹੈ ਇੱਦਾਂ ਕਰਕੇ, ਔਰ ਇੱਥੇ ਆਪਾਂ 10 ਗਿਣਾਂਗੇ, 1, 2, 3, 4, 5, 6, 7, 8, 9, 10। ਦੈਨ ਹੌਲੀ ਦੇ ਨਾਲ ਛੱਡ ਕੇ ਅੱਡੀਆਂ ਨੀਚੇ ਲਾਉਣੀਆਂ ਨੇ ਔਰ ਅੱਡੀਆਂ ਸਿੱਧੀਆਂ ਕਰ ਦੇਣੀਆਂ ਨੇ, ਲੱਤਾਂ ਸਿੱਧੀਆਂ ਕਰ ਦੇਣੀਆਂ ਨੇ। ਇਹ ਹੋ ਗਈ ਨੰਬਰ 1 ਕਸਰਤ। ਦੈਨ ਫਿਰ ਦੂਸਰੀ ਰੈਪੀਟੇਸ਼ਨ ਕਰਾਂਗੇ, ਦੂਜੀ ਵਾਰੀ ਕਰਾਂਗੇ, ਦੋਨੋਂ ਗੋਡੇ ਛਾਤੀ ਨਾਲ ਲਾ ਦੇਣੇ ਆ ਔਰ ਇੱਥੇ 10 ਗਿਣਾਂਗੇ, 1, 2, 3, 4, 5, 6, 7, 8, 9, 10। ਦੈਨ ਹੌਲੀ ਦੇ ਨਾਲ ਛੱਡਣੇ ਆ, ਫਿਰ ਸਿੱਧੇ ਕਰ ਦੇਣੇ ਆ, ਫਿਰ ਆਪਾਂ ਅੱਡੀ ਘੜੀਸ ਕੇ ਗੋਡੇ ਛਾਤੀ ਨਾਲ ਲਾਉਣੇ ਔਰ ਇੱਥੇ ਆਪਾਂ 10 ਗਿਣਾਂਗੇ, 1, 2, 3, 4, 5, 6, 7, 8, 9, 10। ਫਿਰ ਅੱਡੀਆਂ ਨੀਚੇ ਲਾਉਣੀਆਂ ਔਰ ਸਿੱਧੇ ਕਰ ਦੇਣੇ ਆ। ਆਪਾਂ ਇਹ 3 ਵਾਰੀ ਕੀਤਾ, ਤੁਸੀਂ ਇਹ 5 ਵਾਰੀ ਕਰਨਾ, ਸਵੇਰੇ ਔਰ ਸ਼ਾਮ 2 ਵਾਰੀ ਸਿਰਫ ਇਹ ਕਸਰਤ ਕਰਨੀ ਆ। ਇਹ ਹੋ ਗਈ ਨੰਬਰ 1, ਨੀ ਹਗਸ।
ਸੋ ਦੂਸਰੀ ਕਸਰਤ ਕੀ ਹੈ? ਉਸਦੇ ਵਿੱਚ ਤੁਸੀਂ ਬੈਠ ਜਾਓਗੇ, ਬਿਲਕੁਲ ਸਟ੍ਰੇਟ ਬੈਠੋਗੇ। ਪਹਿਲਾਂ ਮੈਂ ਤੁਹਾਨੂੰ ਇੱਦਾਂ ਕਰਕੇ ਦਿਖਾਵਾਂਗਾ। ਬਟਰਫਲਾਈ ਕਰਨੀ ਹੈ ਤੁਸੀਂ, ਦੋਨੋਂ ਪੈਰ ਪਕੜ ਲੈਣੇ ਇੱਦਾਂ ਕਰਕੇ, ਔਰ ਬਟਰਫਲਾਈ ਕਰਨੀ ਹੈ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, ਦੈਨ ਰਿਲੈਕਸ। ਸਾਈਡ ਤੋਂ ਦੇਖੋ ਕਿਵੇਂ ਕਰਾਂਗੇ। ਦੋਨੋਂ ਪੈਰ ਇੱਦਾਂ ਪਕੜ ਲਏ ਔਰ ਬਟਰਫਲਾਈ ਕਰਾਂਗੇ। 1, 2, 3, 4, 5, 6, 7, 8, 9, 10, 11, 12, 13, 14, 15, then relax। ਇਹ ਐਕਸਰਸਾਈਜ਼ ਕਰਨ ਨਾਲ ਜੋ ਆਪਣੇ ਅੰਦਰਲੇ ਮਸਲਸ ਨੇ ਆਪਣੇ ਹਿੱਪ ਜੁਆਇੰਟ ਦੇ ਨਾਲ ਜੁੜੇ ਹੋਏ, ਇਹ ਤੁਹਾਡੇ ਰਿਲੈਕਸ ਹੋਣਗੇ। ਇਸ ਦੇ ਵਿੱਚ ਸਪਲਾਈ ਵਧੇਗੀ ਔਰ ਤੁਹਾਡੀ ਸ਼ਟਿਕਾ ਪੇਨ ਹੈ ਜੋ ਹੌਲੀ ਹੌਲੀ ਘਟਣਾ ਸਟਾਰਟ ਹੋ ਜਾਏਗੀ। ਦੁਬਾਰਾ ਦੇਖੋ ਧਿਆਨ ਨਾਲ, 1, 2, 3, 4, 5, 6, 7, 8, 9, 10, 11, 12, 14, 15, ਦੈਨ ਰਿਲੈਕਸ। ਇਹ ਤੇ ਤੁਸੀਂ 5 ਸੈੱਟ ਕਰਨੇ ਆ। ਕੋਸ਼ਿਸ਼ ਕਰਨਾ ਤੁਸੀਂ ਜਿੰਨੇ ਸਿੱਧੇ ਬੈਠੋਗੇ ਔਰ ਇਸ ਦਾ ਓਨਾ ਹੀ ਫਾਇਦਾ ਹੋਏਗਾ। ਇਹ ਹੋਊਗੀ ਦੂਸਰੀ ਐਕਸਰਸਾਈਜ਼, ਬਟਰਫਲਾਈ। ਤੀਸਰੀ ਐਕਸਰਸਾਈਜ਼ ਕੀ ਹੈ? ਤੁਸੀਂ ਸਿੱਧੇ ਬੈਠ ਜਾਓਗੇ ਔਰ ਇਸ ਦੇ ਵਿੱਚ ਆਪਣੇ ਡੋਰਸਲ ਪਾਰਟ ਨੂੰ ਆਪਾਂ ਸਟ੍ਰੈਚ ਕਰਾਂਗੇ। ਫੋਰ ਐਗਜ਼ਾਮਪਲ, ਖੱਬੀ ਲੱਤ ਮੋੜ ਕੇ ਆਪਾਂ ਇੱਧਰ ਰੱਖ ਲਈ ਹੈ ਆਪੋਜ਼ਿਟ ਸਾਈਡ, ਔਰ ਦੂਸਰੇ ਹੱਥ ਦੀ ਹੈਲਪ ਨਾਲ ਕੂਹਣੀ ਨੂੰ ਆਪਾਂ ਇੱਦਾਂ ਸਟ੍ਰੈਚ ਕਰ ਦਾਂਗੇ ਲੱਤ ਨੂੰ, ਔਰ ਪਿੱਛੇ ਦੇਖਾਂਗੇ। ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ। 1, 2, 3, 4, 5, 6, 7, 8, 9, 10, ਦੈਨ ਰਿਲੈਕਸ ਕਰ ਦਾਂਗੇ। ਦੈਨ ਫਿਰ ਇਹ ਲੱਤ ਨੂੰ ਮੋੜਾਂਗੇ, ਅੱਡੀ ਕਰੀਸ ਕੇ ਦੂਸਰੇ ਪਾਸੇ ਰੱਖਾਂਗੇ, ਦੂਸਰੀ ਕੂਹਣੀ ਦੇ ਨਾਲ ਇੱਦਾਂ ਖਿੱਚ ਦਾਂਗੇ, ਔਰ ਇੱਥੇ ਖਿੱਚ ਪਏਗੀ ਬੈਕ 'ਤੇ। ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ। 1, 2, 3, 4, 5, 6, 7, 8, 9, 10, ਦੈਨ ਫਿਰ ਅੱਡੀ ਇੱਥੇ ਰੱਖਾਂਗੇ ਔਰ ਸਿੱਧੇ ਕਰ ਦਾਂਗੇ। 5 ਵਾਰੀ ਇਸ ਸਾਈਡ, 5 ਵਾਰੀ ਇਸ ਸਾਈਡ। ਇਹ ਹੋ ਗਿਆ ਤੁਹਾਡੀ ਤੀਸਰੀ ਕਸਰਤ, ਡੋਰਸਲ ਰੈਸ। ਦੁਬਾਰਾ ਦੇਖੋ, ਦੂਸਰੀ ਲੱਤ ਨੂੰ ਮੋੜਿਆ, ਇੱਧਰ ਰੱਖਿਆ ਔਰ ਦੂਸਰੀ ਬਾਂਹ ਦੀ ਹੈਲਪ ਨਾਲ ਸਟ੍ਰੈਚ ਕਰਤਾ ਔਰ ਇੱਥੇ ਆਪਾਂ ਹੋਲਡ ਕੀਤਾ। 1, 2, 3, 4, 5, 6, 7, 8, 9, 10, ਫਿਰ ਸਿੱਧੇ ਹੋਏ, ਫਿਰ ਡਿਕਰੀਸ ਕੇ ਫਿਰ ਸਿੱਧੇ ਕਰਤਾ ਔਰ ਦੈਨ ਫਿਰ ਡਿਕਰੀ ਸੀ, ਫਿਰ ਦੂਜੇ ਪਾਸੇ ਲੈ ਗਏ ਔਰ ਦੂਸਰੀ ਬਾਂਹ ਦੀ ਹੈਲਪ ਨਾਲ ਸਟ੍ਰੈਚ ਕੀਤਾ। ਪਿੱਛੇ ਦੇਖਿਆ, 10 ਗਿਣੇ, 1, 2, 3, 4, 5, 6, 7, 8, 9, 10, ਫਿਰ ਆਪਾਂ ਸਿੱਧੇ ਕੀਤਾ ਔਰ ਅੱਡੀ ਘੜੀਸ ਕੇ ਸਿੱਧੇ ਕਰਤਾ। 5 ਵਾਰੀ ਇਸ ਸਾਈਡ, 5 ਵਾਰੀ ਇਸ ਸਾਈਡ। ਇਹ ਹੋ ਗਿਆ ਤੁਹਾਡਾ ਤੀਸਰੀ ਕਸਰਤ, ਡੋਰਸਲ ਸਟ੍ਰੈਚ। ਦੈਨ ਉਸ ਤੋਂ ਬਾਅਦ ਫਿਰ ਸਿੱਧੇ ਲੇਟ ਜਾਣਾ ਹੈ ਔਰ ਦੈਨ ਜੋ ਚੌਥੀ ਕਸਰਤ ਹੈ, ਦੋਨੋਂ ਗੋਡੇ ਮੋੜ ਲੈਣੇ ਹਨ ਔਰ ਜੋ ਆਪਣਾ ਲੱਕ ਹੈ ਉਸਨੂੰ ਆਪਾਂ ਉੱਪਰ ਚੱਕ ਦੇਣਾ ਹੈ, ਜਿਸ ਨੂੰ ਕਹਿੰਦੇ ਆ ਬ੍ਰਿਜਿੰਗ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਉੱਪਰ ਚੱਕ ਦਾਂਗੇ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਉੱਪਰ ਚੱਕ ਦਾਂਗੇ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਉੱਪਰ ਚੱਕ ਦਾਂਗੇ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਉੱਪਰ ਚੱਕ ਦਾਂਗੇ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਉੱਪਰ ਚੱਕ ਦਾਂਗੇ। 1, 2, 3, 4, 5, 6, 7, 8, 9, 10, ਦੈਨ ਰਿਲੈਕਸ। ਲੱਤਾਂ ਸਿੱਧੀਆਂ ਕਰ ਦੇਣੀਆਂ ਨੇ, 6 ਵਾਰੀ ਕੀਤਾ। ਤੁਸੀਂ ਕੋਸ਼ਿਸ਼ ਕਰਨੀ ਇਹ, ਪਹਿਲੀ ਵਾਰੀ 6 ਵਾਰੀ ਕਰੋਗੇ, ਫਿਰ 8 ਵਾਰੀ ਕਰੋਗੇ, ਫਿਰ 10 ਵਾਰੀ ਕਰੋਗੇ। ਇਹ ਹੋਊਗੀ ਚੌਥੀ ਕਸਰਤ, ਬ੍ਰਿਜਿੰਗ।
ਦੈਨ ਲਾਸਟ ਐਕਸਰਸਾਈਜ਼ ਕੀ ਹੈ, ਉਸਦੇ ਵਿੱਚ ਤੁਸੀਂ ਉਲਟੇ ਲੇਟ ਜਾਓਗੇ, ਪੁੱਠੇ ਇੱਦਾਂ ਲੇਟ ਕੇ ਔਰ ਦੋਨੋਂ ਬਾਹਾਂ ਖੋਲ੍ਹ ਦੋਗੇ, ਇਸ ਤਰ੍ਹਾਂ ਉਲਟੇ ਲੇਟ ਕੇ ਹਾਫ ਕੋਬਰਾ ਕਰੋਗੇ, ਇੱਦਾਂ ਉੱਪਰ ਦੇਖੋਗੇ, ਕੂਣੀਆਂ ਦੇਖੋ ਸਿੱਧੀਆਂ ਨੇ ਔਰ ਦੈਨ ਉੱਪਰ ਚੱਕਣੀਆਂ ਬੋਡੀ ਜਿੰਨੀ ਚੱਕ ਸਕਦੇ ਹੋ, ਕੂਣੀਆਂ ਨੀਚੇ ਰਹਿਣਗੀਆਂ। ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ, 1, 2, 3, 4, 5, 6, 7, 8, 9, 10। ਇਸ ਕਸਰਤ ਦੇ ਵਿੱਚ ਇਸ ਜਗ੍ਹਾ ਤੇ ਪ੍ਰੈਸ਼ਰ ਪਏਗਾ, ਘਬਰਾਉਣਾ ਨਹੀਂ, 10 ਸੈਕਿੰਡ ਹੋਲਡ ਰੱਖਾਂਗੇ, ਦੈਨ ਰਿਲੈਕਸ ਕਰ ਦਾਂਗੇ, ਬਿਲਕੁਲ ਨੀਚੇ ਰੱਖ ਦਾਂਗੇ, ਫੇਸ ਦੇ ਦੇਖਾਂਗੇ, ਫਿਰ ਉੱਪਰ ਚੱਕ ਦਾਂਗੇ, 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਨੀਚੇ ਕਰ ਦਾਂਗੇ, ਫਿਰ ਸਾਹਮਣੇ ਦੇਖਾਂਗੇ, ਫਿਰ ਉੱਪਰ ਚੱਕ ਦਾਂਗੇ, 1, 2, 3, 4, 5, 6, 7, 8, 9, 10, ਫਿਰ ਨੀਚੇ ਰੱਖ ਦਾਂਗੇ, ਫਿਰ ਗਰਦਨ ਟੇਢੀ ਕਰ ਦਾਂਗੇ, ਫਿਰ ਗਰਦਨ ਸਿੱਧੀ ਕੀਤੀ, ਫਿਰ ਉੱਪਰ ਚੱਕ ਦਾਂਗੇ, 1, 2, 3, 4, 5, 6, 7, 8, 9, 10, ਦੈਨ ਰਿਲੈਕਸ। ਇੱਦਾਂ ਰਿਲੈਕਸ ਹੋ ਜਾਣਾ, ਪਹਿਲੀ ਵਾਰੀ ਤੁਸੀਂ 5 ਵਾਰੀ ਕਰਨੀ, ਫਿਰ 5 ਤੋਂ 8, ਫਿਰ 10, ਇਹ ਹੋ ਗਈ ਹਾਫ ਕੋਬਰਾ। ਹੋਰ ਜਿਹੜੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਵੀ ਤੁਹਾਨੂੰ ਦੱਸਦੇ ਹਾਂ। ਸੋ ਇਹ ਸਨ ਕਸਰਤਾਂ ਸ਼ੈਟਿਕਾ ਪੇਨ ਬਾਰੇ। ਇਹ ਕਸਰਤਾਂ ਤੁਸੀਂ ਕਰਨ ਤੋਂ ਪਹਿਲਾਂ ਰੋਜ਼ਾਨਾ ਸਵੇਰੇ ਸ਼ਾਮ ਕਰਨੀਆਂ ਨੇ, ਦੁਪਹਿਰੇ ਬਿਲਕੁਲ ਨਹੀਂ ਕਰਨੀਆਂ, ਜ਼ਿਆਦਾ ਕਰੋਗੇ ਦਰਦ ਵੱਜੇਗਾ। ਇਹ ਕਸਰਤਾਂ ਕਰਨ ਤੋਂ ਪਹਿਲਾਂ ਤੁਸੀਂ 15 ਮਿੰਟ ਲਈ ਸੇਕ ਦੇਣਾ ਹੈ, ਗਰਮ ਪਾਣੀ ਵਾਲੀ ਬੋਟਲ ਦੇ ਵਿੱਚ ਪਾਣੀ ਪਾ ਕੇ ਸਵੇਰੇ ਔਰ ਸ਼ਾਮ, ਔਰ ਤੁਸੀਂ ਇਸ ਦੇ ਉੱਪਰ ਮਸਾਜ ਬਿਲਕੁਲ ਨਹੀਂ ਕਰਨੀ, ਕਿਉਂਕਿ ਜਦੋਂ ਮਸਾਜ ਕਰੋਗੇ ਸਾਰੇ ਟਿਸ਼ੂ ਇੱਕ ਜਗ੍ਹਾ ਕਮੂਲੇਟ ਹੁੰਦੇ ਨੇ, ਮਸਾਜ ਕਰਨ ਨਾਲ ਉੱਥੇ ਸਵੈਲਿੰਗ ਆਏਗੀ ਔਰ ਦਰਦ ਦਾ ਲੈਵਲ ਵੱਧ ਜਾਏਗਾ। ਇਹ ਗੱਲਾਂ ਦਾ ਧਿਆਨ ਰੱਖਣਾ ਤੁਸੀਂ, ਔਰ ਡਾਈਟ ਦੇ ਵਿੱਚ ਰਾਤ ਨੂੰ ਸੌਣ ਸਮੇਂ ਤੁਸੀਂ ਦੁੱਧ ਐਡ ਕਰਨਾ ਹੈ ਔਰ ਸਵੇਰੇ ਬ੍ਰੇਕਫਾਸਟ ਦੇ ਟਾਈਮ ਇੱਕ ਐਪਲ ਜ਼ਰੂਰ ਐਡ ਕਰਨਾ ਹੈ। ਤੁਸੀਂ ਇਹ ਕਸਰਤਾਂ ਜਦੋਂ ਕਰੋਗੇ, ਕਰਨ ਦੇ ਨਾਲ ਨਾਲ ਥੋੜ੍ਹੀ ਜਿਹੀ ਦਰਦ ਦਾ ਲੈਵਲ ਜਦੋਂ ਘਟਣਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਤੁਸੀਂ ਨੈਕਸਟ ਐਕਸਰਸਾਈਜ਼ਾਂ ਜਿਹੜੀਆਂ ਕਰਨੀਆਂ ਨੇ ਉਸ ਦੇ ਲਈ ਸਾਡੇ ਨਾਲ ਸੰਪਰਕ ਜ਼ਰੂਰ ਕਰਨਾ ਹੈ ਵੀ ਹੁਣ ਅਸੀਂ ਇਹ ਕਸਰਤਾਂ ਕਰ ਲਈਆਂ, ਦਰਦ ਦਾ ਲੈਵਲ ਘਟ ਗਿਆ ਹੈ, ਅੱਗੇ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ। ਸੋ ਅਗਰ ਤੁਹਾਨੂੰ ਕੋਈ ਵੀ ਕਸਰਤ ਸਮਝ ਨਹੀਂ ਆਏਗੀ, ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਤੁਸੀਂ ਇੰਸਟਾਗ੍ਰਾਮ ਤੇ ਵੀ ਕੰਟੈਕਟ ਕਰ ਸਕਦੇ ਹੋ। ਤੁਹਾਡਾ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕਸ, ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ, ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ, ਸਤਿ ਸ੍ਰੀ ਅਕਾਲ ਜੀ।